ਪੰਜਾਬੀਓ, ਪੰਜਾਬੀ ਹੋਣ ਤੇ ਮਾਣ ਤੇ ਫਖਰ ਮਹਿਸੂਸ ਕਰੋ। ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੋ, ਫਾਇਦੇ ਦੀ ਗੱਲ ਹੈ, ਪਰ ਆਪਣੀ ਬੋਲੀ ਤੇ ਆਪਣੀ ਭਾਸ਼ਾ ਨੂੰ ਨਾ ਭੁੱਲੋ, ਉਸ ਨੂੰ ਪਿਆਰ ਕਰੋ, ਆਪਣੇ ਸੱਭਿਆਚਾਰ ਨੂੰ ਪਿਆਰ ਕਰੋ, ਵਰਨਾ ਜਿਹੜੀਆਂ ਭਾਸ਼ਾਵਾਂ ਹਨ, ਬੋਲੀਆਂ ਹਨ, ਮਰ ਜਾਂਦੀਆਂ ਹਨ। ਪਿਛਲੇ 2-3 ਦਹਾਕਿਆਂ ਦੇ ਵਿੱਚ ਹੀ ਲੈ ਲਓ, ਕਿੰਨੇ ਲਫ਼ਜ਼ ਹਨ ਜਿਹੜੇ ਕਿ ਮਰ ਚੁੱਕੇ ਹਨ। ਕੁਝ ਤਾਂ ਸਮੇਂ ਦੀ ਭੇਟ ਚੜ੍ਹ ਗਏ, ਕੁਝ ਦੇ ਵਾਸਤੇ ਅਸੀਂ ਜ਼ਿੰਮੇਵਾਰ ਹਾਂ। ਬੱਚਿਆਂ ਨੂੰ ਰਿਸ਼ਤੇਦਾਰੀਆਂ ਦਾ ਵੀ ਨਹੀਂ ਪਤਾ, ਅੰਕਲ ਤੇ ਆਂਟੀ ਦਾ ਹੀ ਪਤਾ ਹੈ। ਆਓ ਮਰ ਰਹੀ ਭਾਸ਼ਾ ਨੂੰ ਬਚਾਈਏ। ਇਸ ਕਵਿਤਾ 'ਚ ਮੈਂ ਰਿਜ਼ਲਟ ਭਾਵੇਂ ਕੁਛ ਹੋਰ ਕਰਦਾ, ਪਰ ਮੈਂ ਸ਼ੁਰੂ ਕਰਦਾ ਕਿ ਮਰ ਰਹੀ ਹੈ ਮੇਰੀ ਭਾਸ਼ਾ, ਸ਼ਬਦ ਸ਼ਬਦ, ਮਰ ਰਹੀ ਹੈ ਮੇਰੀ ਭਾਸ਼ਾ, ਵਾਕ ਵਾਕ। ਅੰਮ੍ਰਿਤ ਵੇਲਾ ਵੱਡਾ ਤੜਕਾ, ਪੋਹ ਫਟਾਲਾ, ਧੰਮੀ ਵੇਲਾ, ਛਾਹ ਵੇਲਾ, ਸੂਰਜ ਸਵਾ ਨੇਜ਼ੇ, ਟਿੱਕੀ ਦੁਪਹਿਰ, ਲੋਢਾ ਵੇਲਾ, ਲੋਏ ਲੋਏ, ਤਰਕਾਲਾਂ, ਦੀਵਾ ਵੱਟੀ, ਖੋ ਪੀਆ, ਕੌੜਾ ਸੋਤਾ, ਢਲਦੀਆਂ ਖਿੱਤੀਆਂ, ਤਾਰੇ ਦਾ ਚੜ੍ਹਾ, ਸਾਜਰਾ, ਸਵਖਤਾ, ਸਰਗੀ ਵੇਲਾ, ਘੜੀਆਂ, ਪਹਿਰ, ਪਲ ਛਿਣ, ਨਿਮਖ ਵਿਚਾਰੇ, ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ। ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ, ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀਸ ਸੀ। ਹਰ ਹਟਕੀ ਮਾਲਾ, ਕੁੱਤੇ ਦੀ ਟਿਕ ਟਿਕ, ਚੰਨੇ ਦਾ ਓਲਾ, ਗਾਟੀ ਦੇ ਹੂਟੇ, ਕਾਂਜਣ, ਨਿਸਾਰ, ਚੱਕਲੀਆਂ, ਬੂੜੇ, ਭਰ ਭਰ ਡੁੱਲਦੀਆਂ ਟਿੰਡਾਂ, ਇਹਨਾਂ ਸਭਨਾਂ ਤਾਂ ਰੁੜ ਹੀ ਜਾਣਾ ਸੀ ਟਿਊਬਲ ਦੀ ਧਾਰ ਵਿੱਚ, ਮੈਨੂੰ ਕੋਈ ਹੈਰਾਨੀ ਨਹੀਂ। ਇਹਨਾਂ ਸਭਨਾਂ ਤਾਂ ਰੁੜ ਹੀ ਜਾਣਾ ਸੀ ਟਿਊਬਲ ਦੀ ਧਾਰ ਵਿੱਚ, ਮੈਨੂੰ ਕੋਈ ਹੈਰਾਨੀ ਨਹੀਂ। ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ। ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ, ਬੀਜੀ ਤੇ ਪਾਪਾ ਜੀ ਵੀ ਟੁਰ ਗਏ, ਤੇ ਕਿੰਨੇ ਰਿਸ਼ਤੇ ਇਕੱਲੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ, ਤੇ ਕਿੰਨੇ ਰਿਸ਼ਤੇ ਇਕੱਲੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ। ਤੇ ਕੱਲ ਪੰਜਾਬ ਦੇ ਵਿਹੜੇ ਵਿੱਚ ਕਹਿ ਰਿਹਾ ਸੀ ਇੱਕ ਛੋਟਾ ਜਿਹਾ ਬਾਲ, ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਹਾਂ ਪੁੱਤਰ, ਆਪਣੇ ਟ੍ਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਮਰ ਰਹੀ ਹੈ ਆਪਣੀ ਭਾਸ਼ਾ, ਪੱਤਾ ਪੱਤਾ, ਸ਼ਬਦ ਸ਼ਬਦ, ਹੁਣ ਤਾਂ ਰੱਬ ਹੀ ਰਾਖਾ ਹੈ ਆਪਣੀ ਭਾਸ਼ਾ ਦਾ। ਪਰ ਰੱਬ ਤਾਂ ਆਪ ਪਿਆ ਹੈ ਮਰਨ ਹਾਰ, ਦੌੜੀ ਜਾ ਰਹੀ ਹੈ ਉਸਦੀ ਭੁੱਖੀ ਸੰਤਾਨ, ਉਸਨੂੰ ਛੱਡ ਕੇ ਗੋਡ ਦੀ ਪਨਾਹ ਵਿੱਚ। ਮਰ ਰਹੀ ਹੈ ਮੇਰੀ ਭਾਸ਼ਾ, ਮਰ ਰਹੀ ਹੈ ਬਾਈ ਗੋਡ। ਹੁਣ ਦੂਸਰੇ ਸ਼ਖਸ ਦੇ ਬਿਆਨ ਹੈ। ਮਰ ਰਹੀ ਹੈ ਮੇਰੀ ਭਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ, ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ, ਇਸ ਸ਼ਰਤ ਤੇ ਵੀ ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ। ਕੀ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਹੈ ਕਿ ਭਾਸ਼ਾ ਦਾ? ਹਾਂ ਜਾਣਦਾ ਹਾਂ, ਤੁਸੀਂ ਕਹੋਗੇ ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ ਉਹ ਜਿਉਂਦਾ ਤਾਂ ਰਹੇਗਾ, ਪਰ ਕੀ ਉਹ ਬੰਦਾ ਰਹੇਗਾ? ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਆਪ ਹੀ ਦੱਸੋ। ਹੁਣ ਜਦੋਂ ਦਾਣੇ ਦਾਣੇ ਉੱਪਰ ਖਾਣ ਵਾਲੇ ਦਾ ਨਾਮ ਵੀ ਤੁਹਾਡਾ ਰੱਬ ਅੰਗਰੇਜ਼ੀ ਵਿੱਚ ਹੀ ਲਿਖਦਾ ਹੈ, ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ ਕਿ ਉਸਦੇ ਧੀਆਂ ਪੁੱਤਰ ਡੁੱਬਦੀ ਭਾਸ਼ਾ ਦੇ ਜਹਾਜ਼ 'ਚ ਬੈਠੇ ਰਹਿਣ? ਜਿਉਂਦਾ ਰਹੇ ਮੇਰਾ ਬੱਚਾ, ਮਰਦੀ ਏ ਤਾਂ ਮਰ ਜਾਏ ਤੁਹਾਡੀ ਬੁੱਢੜੀ ਭਾਸ਼ਾ। ਹੁਣ ਤੂੰ ਤੀਸਰੇ ਦੀ ਆਵਾਜ਼ ਹੈ ਕਿ ਕਹਿੰਦਾ ਨਹੀਂ, ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਭਾਸ਼ਾ, ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਕੋਈ ਭਾਸ਼ਾ, ਕੁਝ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ। ਰੱਬ ਨਹੀਂ ਤਾਂ ਨਾ ਸਹੀ, ਸਤਿਗੁਰ ਇਸ ਦੇ ਸਹਾਈ ਹੋਣਗੇ, ਇਸ ਨੂੰ ਬਚਾਉਣਗੇ ਸੂਫੀ, ਸੰਤ, ਫਕੀਰ, ਕਿੱਸਾਕਾਰ, ਸ਼ਾਇਰ, ਨਾਬਰ, ਆਸ਼ਕ, ਯੋਧੇ, ਮੇਰੇ ਲੋਕ, ਅਸੀਂ, ਆਪਾਂ, ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ ਸਾਡੀ ਭਾਸ਼ਾ। ਇਹ ਹਨ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ।